ਇਹ ਵੀ ਅਜੇ ਪਿਓ, ਤੁਸੀਂ ਇਹਦੇ ਤੋਂ ਇਹਨੂੰ ਆਫ ਆਨ ਕਰਨਾ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਪਿਆਰੇ ਦੋਸਤੋ ਅਤੇ ਬਜ਼ੁਰਗੋ, ਅੱਜ ਬੜੀ ਇੰਟਰਸਟਿਡ ਵੀਡੀਓ ਹੈ ਤੁਹਾਡੇ ਵਾਸਤੇ, ਔਰ ਇਨਸ਼ਾਅੱਲਾ ਮੈਨੂੰ ਉਮੀਦ ਹੈ ਕਿ ਇਹ ਤੁਸੀਂ ਵੇਖੋਗੇ ਮੁਕੰਮਲ ਅਤੇ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ, ਬਹੁਤ ਜ਼ਿਆਦਾ ਕਿ ਢੇਰ ਫਾਇਦਾ ਹੋਏਗਾ। ਇਹ ਉਹਨਾਂ ਲੋਕਾਂ ਨੂੰ ਫਾਇਦਾ ਹੋਏਗਾ ਜਿਹੜੇ ਲੋਕਾਂ ਦੇ ਘਰ ਦੇ ਵਿੱਚ ਸੂਈ ਗੈਸ ਨਹੀਂ ਲੱਗੀ। ਅੱਜ ਅਸੀਂ ਗੈਸ ਬਣਾਉਣ ਲੱਗੇ ਹਾਂ ਅਤੇ ਬਣਾਉਣ ਲੱਗੇ ਹਾਂ, ਇੱਕ ਘੰਟੇ ਦੇ ਵਿੱਚ ਤੁਸੀਂ ਘਰ ਦੇ ਵਿੱਚ ਗੈਸ ਤਿਆਰ ਕਰ ਸਕਦੇ ਹੋ, ਔਰ ਉਹ ਇਸ ਤਰ੍ਹਾਂ ਦੀ ਗੈਸ ਹੋਏਗੀ ਕਿ ਜਿਹੜੀ ਕਿ ਤੁਸੀਂ ਚਾਹੋ ਨਾ ਕਿ ਦੇਗ ਪੱਕ ਜੇ ਗੈਸ ਦੇ ਉੱਤੇ, ਇੰਨੀ ਗੈਸ ਆਏਗੀ। ਔਰ ਉਹ ਕਿਵੇਂ ਆਏਗੀ ਸਾਡੇ ਨਾਲ ਨਾਲ ਮੁਕੰਮਲ ਵੀਡੀਓ ਵੇਖੋ, ਇਹ ਸਾਰਾ ਸਿਸਟਮ ਤੁਹਾਨੂੰ ਦੱਸਣ ਲੱਗੇ ਕਿ ਕਿਵੇਂ ਬਣੀ। ਇੱਕ ਘੰਟੇ ਦੇ ਵਿੱਚ ਗੈਸ ਤਿਆਰ ਕਰਕੇ ਤੁਸੀਂ ਅਤੇ ਉਹਨੂੰ ਚਲਾ ਸਕਦੇ ਹੋ, ਇੱਥੋਂ ਤੱਕ ਕਿ ਤੁਸੀਂ ਦੇਗ ਪਕਾਉਣਾ ਚਾਹੁੰਦੇ ਹੋ ਨਾ, ਅਤੇ ਫਿਰ ਇਹ ਬਹੁਤ ਕਾਬਲ ਚੀਜ਼ ਹੈ, ਦੇਗ ਵੀ ਪਕਾ ਦੇਗੀ, ਇੰਨੀ ਗੈਸ ਹੋਏਗੀ। ਔਰ ਤੁਹਾਡੇ ਸਾਹਮਣੇ ਚਲਾਉਣ ਲੱਗੇ ਹਾਂ, ਐਸਾ ਤਰੀਕਾ ਤੁਹਾਨੂੰ ਦੱਸਣ ਲੱਗੇ ਹਾਂ ਆਸਾਨੀ ਦੇ ਨਾਲ, ਤੁਸੀਂ ਆਪਣੇ ਘਰ ਦੇ ਵਿੱਚ ਬਹਿ ਕੇ ਨਾ ਅਤੇ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ। ਇਹ ਇੰਨੀ ਕੁ ਸਸਤੀ ਪੈਂਦੀ ਹੈ ਕਿ ਜਨਾਬ ਤੁਸੀਂ ਇਹ ਬਾਲਣ ਜਿਹੜਾ ਇਕੱਠਾ ਕਰਕੇ ਬਾਲਣ ਬਾਲ ਦਿਓ ਅਤੇ ਮਿਹਨਤ ਕਰ ਦਿਓ ਬਾਲਣ ਲਿਆਉਣ ਦੀ, ਉਹ ਸਾਰੇ ਸਮਝੋ ਕਿ ਬੜੀ ਮਿਹਨਤ ਕਰਨੀ ਪੈਂਦੀ ਹੈ, ਇਹਦੇ ਉੱਤੇ ਕੋਈ ਮਿਹਨਤ ਵੀ ਨਹੀਂ ਲੱਗੇਗੀ, ਔਰ ਬਾਲਣ ਨਾਲੋਂ ਵੀ ਸਸਤਾ ਤੁਹਾਨੂੰ ਗੈਸ ਮਿਲੇਗਾ। ਅਤੇ ਮੇਰੇ ਪਿਆਰੇ ਦੋਸਤੋ, ਇਹ ਵੀਡੀਓ ਇਹ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਕਿ ਅਗਰ ਇਹਨੂੰ ਸਮਝਣਾ ਘਰ 'ਚ ਤੁਸੀਂ ਚਾਹੁੰਦੇ ਹੋ ਬਣੇ, ਜੇ ਤੁਹਾਡੇ ਘਰ ਦੇ ਵਿੱਚ ਸੂਈ ਗੈਸ ਹੈ ਤਾਂ ਕੁਝ ਤੁਹਾਡੇ ਰਿਸ਼ਤੇਦਾਰ ਹੋਣਗੇ, ਕੁਝ ਦੋਸਤ ਹੋਣਗੇ ਜਿਹਨਾਂ ਦੇ ਘਰ ਨਹੀਂ ਹੋਏਗੀ, ਉਹਨੂੰ ਤੁਸੀਂ ਇਹ ਦੱਸ ਸਕਦੇ ਹੋ, ਵੀਡੀਓ ਨੂੰ ਸ਼ੇਅਰ ਕਰਿਓ ਜ਼ਿਆਦਾ ਤੋਂ ਜ਼ਿਆਦਾ। ਅਤੇ ਪਿਆਰੇ ਦੋਸਤੋ, ਅਸੀਂ ਬਣਾਉਣਾ ਸ਼ੁਰੂ ਕਰਨੇ ਅਤੇ ਨਾਲ ਨਾਲ ਹੀ ਤੁਹਾਨੂੰ ਗੱਲ ਸੁਣਾਈ ਜਾਂਦੇ ਹਾਂ ਕਿ ਇਹ ਗੈਸ ਕਿਵੇਂ ਬਣਨੀ ਹੈ ਇਹਦੇ ਵਿੱਚ ਅਤੇ ਚੁੱਲ੍ਹਾ ਕਿਵੇਂ ਚੱਲਣਾ। ਇਹ ਜਨਾਬ ਸਾਡੇ ਘਰ ਦੇ ਵਿੱਚ ਸੂਈ ਗੈਸ ਲੱਗੀ ਦੀ ਆ, ਲੇਕਿਨ ਮੈਂ ਇਹ ਦੱਸ ਰਿਹਾ ਬਣਾਉਣ ਲਵਾਂ ਇਸ ਵਾਸਤੇ ਕਿ ਦੋਸਤਾਂ ਨੂੰ ਪਤਾ ਚੱਲ ਜਾਵੇ, ਮੈਂ ਪਹਿਲੇ ਵੀਡੀਓ 'ਚ ਵੇਖੀ ਫੇਸਬੁੱਕ 'ਤੇ, ਲੇਕਿਨ ਉਹਦੇ 'ਤੇ ਅਸੀਂ ਵੇਖ ਕੇ ਅਤੇ ਉਹਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹ ਚੱਲ ਗਈ ਸੀ, ਲੇਕਿਨ ਉਹਨੇ ਦੱਸਣ ਵਾਲੇ ਨੇ ਅੱਛੇ ਤਰੀਕੇ ਨਾਲ ਨਹੀਂ ਸਮਝਾਇਆ ਦਾ। ਹੁਣ ਤੁਹਾਨੂੰ ਮੈਂ ਅੱਛੇ ਤਰੀਕੇ ਨਾਲ ਇਹ ਸਮਝਾ ਦਿੰਦਾ, ਬਿਲਕੁਲ ਪਰਫੈਕਟ। ਇਹ ਇਸ ਤਰ੍ਹਾਂ ਦੀ ਚੱਲਣ ਵਾਲੀ ਗੈਸ ਹੈ ਕਿ ਮੈਂ ਕਹਿੰਦਾ ਕਿ ਤੁਸੀਂ ਭੁੱਲ ਜਾਓਗੇ ਬਾਲਣ ਲਿਆਉਣੇ, ਭੁੱਲ ਜਾਓਗੇ ਤੁਸੀਂ ਕਿ ਸਿਲੰਡਰ ਭਰਾ ਕੇ ਲਿਆਈਏ। ਸਿਲੰਡਰ ਵਾਲੀ ਗੈਸ ਨਾਲੋਂ ਢੇਰ ਸਸਤੀ ਪੈਂਦੀ ਆ। ਜੇ ਤੁਸੀਂ ਆਪਣੇ ਘਰ 'ਚ ਬਣਾਉਣੀ ਹੈ ਅਤੇ ਤੁਸੀਂ ਘਰ ਦੇ ਵਿੱਚ ਚਲਾਉਣੀ ਹੈ, ਔਰ ਇਨਸ਼ਾਅੱਲਾ ਤੁਸੀਂ ਯਾਦ ਕਰੋਗੇ। ਇਹ ਹੁਣ ਵੇਖੋ ਸਾਡੀ ਮੁਕੰਮਲ ਵੀਡੀਓ, ਅਗਰ ਸਾਡੀ ਵੀਡੀਓ ਪਸੰਦ ਆਏ ਨਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਨੈਕਸਟ ਚੰਗੀ ਚੰਗੀ ਵੀਡੀਓ ਵੇਖਣ ਵਾਸਤੇ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ, ਅਤੇ ਨਾਲ ਜਿਹੜਾ ਬੈਲ ਆਈਕਨ ਦਾ ਬਟਨ ਹੈ ਉਹਨੂੰ ਵੀ ਕਲਿੱਕ ਕਰ ਲਿਓ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ। ਇਨਸ਼ਾਅੱਲਾ ਅਸੀਂ ਤੁਹਾਨੂੰ ਚੰਗੀਆਂ ਚੰਗੀਆਂ ਚੀਜ਼ਾਂ ਬਣਾਉਣੀਆਂ ਦੱਸਦੇ ਰਹਾਂਗੇ। ਸਾਡੀ ਵੀਡੀਓ ਇਨਸ਼ਾਅੱਲਾ ਜਿਹੜੀ ਵੀ ਹੋਏਗੀ ਨਾ ਉਹ ਕਿਸੇ ਕੰਮ ਦੇ ਮਾਮਲੇ 'ਚ ਹੋਏਗੀ ਅਤੇ ਉਹ ਤੁਹਾਡੇ ਕੰਮ ਆਉਣ ਵਾਲੀ ਹੋਏਗੀ। ਇਹਨੂੰ ਵੇਖਣਾ ਜ਼ਰੂਰੀ ਸਮਝੋ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਇਨਸ਼ਾਅੱਲਾ ਤੁਹਾਨੂੰ ਬਿਹਤਰ ਮਲੂਮਾਤ ਦਿੰਦੇ ਰਹਾਂਗੇ। ਅਤੇ ਦੋਸਤੋ ਹੁਣ ਅਸੀਂ ਸ਼ੁਰੂ ਕਰਨੇ ਹਾਂ। ਪਹਿਲੇ ਸਭ ਤੋਂ ਇਸ ਤਰ੍ਹਾਂ ਦੇ ਡੱਬੇ ਲੈ ਲੈਣੇ ਨੇ, ਡੱਬੇ ਚੱਲੀ ਜਾਂਦੇ ਨੇ, ਬੋਤਲਾਂ ਵੀ ਚੱਲ ਜਾਂਦੀਆਂ ਨੇ, ਇਹ ਕੋਕ ਪੈਪਸੀ ਦੀਆਂ ਬੋਤਲਾਂ ਵੀ ਚੱਲ ਜਾਂਦੀਆਂ ਨੇ, ਲੇਕਿਨ ਇਹਦੇ ਵਿੱਚ ਜਿਹੜਾ ਨਾ ਇਹਦਾ ਢੱਕਣ ਜਿਹੜਾ ਹੁੰਦਾ ਨਾ ਇਹ ਛੋਟਾ ਹੁੰਦਾ, ਇਹਦੇ ਵਿੱਚ ਇਹਦੇ ਦੋ ਪੈਪ ਗੁਜ਼ਾਰਨੇ ਮੁਸ਼ਕਲ ਹੁੰਦੇ ਨੇ। ਅਸੀਂ ਇਹ ਲਏ ਨੇ ਡੱਬੇ, ਇਹ ਟਿੱਕੀਆਂ ਟਾਫੀਆਂ ਅਤੇ ਡੱਬੇ ਆਮ ਮਿਲ ਜਾਂਦੇ ਨੇ ਜਾਂ ਪੱਤੀ ਵਾਲੇ ਡੱਬੇ, ਕਿਉਂ ਆਮ ਦੁਕਾਨਾਂ ਤੋਂ ਮਿਲ ਜਾਂਦੇ ਨੇ। ਅਤੇ ਇਹ ਲੈ ਕੇ ਨਾ ਇਹਨੂੰ ਇਸ ਤਰ੍ਹਾਂ ਦਾ ਹੋਇਆ ਕਿ ਜਦੋਂ ਤੁਸੀਂ ਇਹਨੂੰ ਮਿਲੋ ਨਾ ਤਾਂ ਵਿੱਚੋਂ ਇਹਦੀ ਹਵਾ ਖਾਰਜ ਨਾ ਹੁੰਦੀ ਹੋਏ, ਐਂ ਕਰਕੇ ਵੇਖ ਲੈਣਾ, ਹਵਾ ਖਾਰਜ ਨਹੀਂ ਹੁੰਦੀ, ਹਵਾ ਖਾਰਜ ਹੁੰਦੀ ਹੋਏਗੀ ਅਤੇ ਤੁਹਾਨੂੰ ਆਵਾਜ਼ ਆਏਗੀ। ਮੇਰੇ ਪਿਆਰੇ ਦੋਸਤੋ, ਇਹ ਤੁਹਾਡੇ ਕੰਮ ਦਾ ਨੁਸਖਾ ਜੀ, ਇਸ ਤਰ੍ਹਾਂ ਢੱਕਣ ਲਾ ਲੈਣੇ ਨੇ ਦੋਨਾਂ ਡੱਬਿਆਂ ਦੇ, ਦੋਨਾਂ ਡੱਬਿਆਂ ਦੇ ਢੱਕਣ ਲਾ ਕੇ ਫਿਰ ਇਹਨਾਂ ਦੇ ਵਿੱਚ ਕਰਨੇ ਨੇ ਸੁਰਾਖ, ਜਿਹਦੇ ਵਿੱਚ ਦੋ ਦੋ ਪੈਪ ਵੜ ਜਾਣ। ਐਡਾ ਮੁਸ਼ਕਲ ਕੰਮ ਕੋਈ ਨਹੀਂ। ਹੁਣ ਅਸੀਂ ਪਹਿਲੇ ਬਾਲਣੇ ਆ ਚੁੱਲ੍ਹਾ, ਇਹ ਸਾਡਾ ਸੂਈ ਗੈਸ ਲੱਗੀ ਹੋਈ ਹੈ, ਗੈਸ ਸਾਡੇ ਕੋਲ ਹੈ, ਅਸੀਂ ਆਪਣੇ ਦੋਸਤਾਂ ਵਾਸਤੇ ਇੱਕ ਇਹ ਜਿਹੜਾ ਨਾ ਫਾਰਮੂਲਾ ਦੱਸਣ ਲੱਗੇ ਹਾਂ ਕਿ ਹਰ ਘਰ ਨੂੰ ਸਕੂਨ ਹੋ ਜੇ ਅਤੇ ਤੁਸੀਂ ਇਸਤੇਮਾਲ ਕਰ ਸਕੋ। ਇਹ ਚੁੱਲ੍ਹਾ ਬਾਲ ਕੇ ਅਸੀਂ ਅਤੇ ਇਹਦੇ ਉੱਤੇ ਜਿਹੜਾ ਨਾ ਇਹ ਲਿਆ ਇਸ ਵਾਸਤੇ ਕਿ ਜਿਹੜਾ ਗੋਲ ਸਰਾਹ ਹੋ ਜਾਏਗਾ, ਸਹੀ ਇਹਨੂੰ ਗਰਮ ਕਰਕੇ ਉੱਤੇ ਅੰਜ ਕਰਾਂਗੇ, ਸਹੀ ਗੋਲ ਸਰਾਹ ਹੋ ਜਾਏਗਾ ਜਿਸ 'ਚ ਪੈਪ ਫਸ ਕੇ ਤੁਰ ਜੇ, ਇਹਨੂੰ ਅਸੀਂ ਗਰਮ ਕਰਾਂਗੇ। ਐਸੀ ਕੋਈ ਚੀਜ਼ ਲੈ ਲੈਣੀ ਹੈ ਤੁਸੀਂ ਟੈਸਟਰ ਨਾਲ ਵੀ ਕਰ ਸਕਦੇ ਹੋ, ਯਾਨੀ ਕਿ ਪੇਚਕਸ ਵਗੈਰਾ ਨਾਲ ਜਾਂ ਕਿਸੇ ਚੀਜ਼ ਨਾਲ ਵੀ ਲੋਹੇ ਦੀ ਗਰਮ ਕਰਕੇ ਨਾ ਅਤੇ ਉਹਦੇ ਨਾਲ ਤੁਸੀਂ ਸੁਰਾਖ ਕਰ ਸਕਦੇ ਹੋ, ਜਿਹਦੇ ਨਾਲ ਗੋਲ ਸੁਰਾਖ ਸਹੀ ਹੋ ਜਾਂਦਾ, ਉਹ ਸੌਖਾ ਕੰਮ ਹੋ ਜਾਂਦਾ। ਹੁਣ ਦੇਖੋ ਕਿ ਐਡਾ ਮੁਸ਼ਕਲ ਕੋਈ ਕੰਮ ਨਹੀਂ, ਇਨਸ਼ਾਅੱਲਾ ਤੁਹਾਡੇ ਕੰਮ ਆਉਣ ਵਾਲੀ ਵੀਡੀਓ, ਜੇ ਇਹਨੂੰ ਮਿਸ ਨਾ ਕਰਨਾ, ਇਹਨੂੰ ਮੁਕੰਮਲ ਵੇਖੋ ਅਤੇ ਤੁਹਾਨੂੰ ਫੇਰ ਸਮਝ ਆਉਣੀ ਹੈ ਅਤੇ ਐਡੀ ਲੰਬੀ ਕੋਈ ਨਹੀਂ। ਇਹ ਜੀ ਗਰਮ ਹੋ ਗਈ ਆ,
ਇਹਨੂੰ ਗਰਮ ਹੋ ਗਈ ਤੇ ਇਹਦੇ ਵਿੱਚ ਸੁਰਾਖ ਕਰਨੇ ਨੇ ਕਿਸ ਤਰ੍ਹਾਂ ਕਿ ਇੰਜ ਕਰਕੇ ਨਾ ਇਸ ਤਰ੍ਹਾਂ ਰੱਖ ਕੇ ਇੰਜ ਕਰਕੇ ਫੇਰ ਲਓ ਸੁਰਾਖ ਹੋ ਗਏ ਨੇ ਇਹਦੇ ਵਿੱਚ ਠੀਕ ਹੈ ਇਸ ਤਰ੍ਹਾਂ ਸੁਰਾਖ ਕਰ ਲੈਣੇ ਨੇ ਇਹਨਾਂ ਨੂੰ ਪੈਪ ਲਾਉਣੀ ਨੇ ਹੁਣ ਪੈਪ ਕਿਵੇਂ ਲਾਉਣਾ ਅਸੀਂ ਇਹ ਗੈਸ ਬੰਦ ਕਰ ਦੇਣ ਲੱਗੇ ਹਾਂ ਅਤੇ ਤੁਹਾਨੂੰ ਇਹਦੇ 'ਤੇ ਚੁੱਲ੍ਹਾ ਲਾ ਕੇ ਦੱਸਣ ਲੱਗੇ ਹਾਂ ਇਹ ਤੁਸੀਂ ਸਾਡੀ ਵੀਡੀਓ ਦੇਖੋ ਪੂਰੀ ਅੱਛਾ ਦੋਸਤੋ ਗੱਲ ਇੰਝ ਹੈ ਕਿ ਇਹ ਹੁਣ ਅਸੀਂ ਗੈਸ ਵਾਲਾ ਪੈਪ ਲਿਆ ਲਾ ਇਹ ਵੇਖ ਲਓ ਪੈਪ ਸਾਰਾ ਸਾਡੇ ਕੋਲ ਆ ਇਹ ਦੋ ਪੈਪ ਲਾਉਣੇ ਨੇ ਇੱਕ ਛੋਟਾ ਟੋਟਾ ਲੈਣਾ ਇੱਕ ਸਾਡੇ ਕੋਲ ਫਾਲਤੂ ਜਿਹੜਾ ਪਹਿਲੀ ਜਦੋਂ ਬਣਾ ਕੇ ਨਾ ਜਿਸ ਤਰ੍ਹਾਂ ਤਜਰਬਾ ਕੀਤਾ ਸੀ ਨਾ ਉਹਨੂੰ ਲਾਏ ਹੋਣੇ ਛੋਟੇ ਪੈਪ ਹੁਣ ਅਸੀਂ ਤੁਹਾਨੂੰ ਓਰੀਜਨਲ ਕੰਮ ਕਰਕੇ ਦੱਸਣ ਲੱਗੇ ਹਾਂ ਜਿਹੜਾ ਕਿ ਤੁਹਾਨੂੰ ਤਜਰਬਾ ਨਾ ਕਰਨਾ ਪਏ ਤੁਸੀਂ ਸਿੱਧਾ ਸਿੱਧਾ ਇਹ ਕੰਮ ਕਰ ਲਓ ਅਤੇ ਇਹ ਹੁਣ ਵੇਖੋ ਇਹਨੂੰ ਪੈਪ ਨੂੰ ਨਾ ਇਹਦੇ ਵਿੱਚ ਦੇ ਲੈਣਾ ਇਸ ਤਰ੍ਹਾਂ ਕਰਕੇ ਨਾ ਇਸ ਸੁਰਾਖ ਦੇ ਵਿੱਚ ਦੇ ਲੈਣਾ ਜਿਹੜਾ ਕਿ ਡੱਬੇ ਦੇ ਉੱਤੋਂ ਨਾ ਥੋੜ੍ਹਾ ਜਿਹਾ ਉੱਚਾ ਰਹਿਣਾ ਚਾਹੀਦਾ ਯਾਨੀ ਕਿ 2 ਸੂਤਰ ਉੱਚਾ ਹੋ ਜੀ ਉੱਚਾ ਹੋਏ ਥੋੜ੍ਹਾ ਹੋਏ ਭਾਵੇਂ ਇਹ ਇੱਥੇ ਲੱਗ ਗਿਆ ਦੂਸਰਾ ਜਿਹੜਾ ਨਾ ਇਹਦਾ ਢੱਕਣ ਇਹ ਦੂਸਰਾ ਇਹਦੇ 'ਚ ਲਾ ਲੈਣਾ ਇਹ ਜ਼ਰਾ ਧਿਆਨ ਨਾਲ ਦੇਖਿਓ ਪੈਪ ਲਾਉਣ ਦੇ ਵਿੱਚ ਗਲਤੀ ਹੋ ਗਈ ਨਾ ਤਾਂ ਉਹ ਫਿਰ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਣੀ ਜੀ ਇਹ ਇਹਨੂੰ ਅਸੀਂ ਇਹ ਰੱਖਾਂਗੇ ਪਾਣੀ ਵਾਲਾ ਡੱਬਾ ਇਹਦੇ 'ਚ ਅਸੀਂ ਪਾਉਣਾ ਪਾਣੀ ਇਹਦੇ 'ਚ ਅਸੀਂ ਪਾਵਾਂਗੇ ਪਾਣੀ ਇਹਨੂੰ ਛੋਟਾ ਰੱਖਣਾ ਜਿਹੜਾ ਕਿ ਇੱਥੋਂ ਤੱਕ ਰੱਖਣਾ ਪੈਪ ਇਹਦੇ 'ਚ ਅਸੀਂ ਪਾਵਾਂਗੇ ਪਾਣੀ ਇਹਨੂੰ ਛੋਟਾ ਰੱਖਣਾ ਇਹ ਇਨਸ਼ਾਅੱਲਾ ਤੁਹਾਨੂੰ ਜੋ ਅਸੀਂ ਸਮਝਾ ਰਹੇ ਹਾਂ ਨਾ ਵਿਚਾਰੇ ਦੋਸਤੋ ਬੜੇ ਧਿਆਨ ਦੇ ਨਾਲ ਇਹਨੂੰ ਵੇਖੋ ਅਤੇ ਅਸੀਂ ਧਿਆਨ ਨਾਲ ਹੀ ਸਮਝਾ ਰਹੇ ਹਾਂ ਤੁਹਾਨੂੰ ਮੈਂ ਸਭ ਤੋਂ ਘੱਟ ਮੈਂ ਸਮਝਣਾ ਕਿ ਮੇਰੇ ਦਿਮਾਗ ਹੈ ਮੇਰੇ ਤੋਂ ਤੇਜ਼ ਤੇਜ਼ ਦਿਮਾਗ ਨੇ ਮੇਰੇ ਪਿਆਰੇ ਦੋਸਤਾਂ ਦੇ ਅਤੇ ਇਹ ਜ਼ਰਾ ਨਾ ਸਹੀ ਧਿਆਨ ਨਾਲ ਵੇਖੋ ਕਿ ਤੁਹਾਨੂੰ ਪੂਰੀ ਸਮਝ ਆਏਗੀ ਇਹ ਮਸ਼ੀਨ ਆ ਨਾ ਜਿਹੜੀ ਇਹਨੂੰ ਆਖਦੇ ਨੇ ਖੇਚੂ ਇਹ ਆਮ ਮਿਲ ਜਾਂਦੀ ਹੈ ਇਹ ਹਰ ਸ਼ਹਿਰ 'ਚੋਂ ਮਿਲ ਜਾਂਦੀ ਹੈ ਛੋਟੇ ਤੋਂ ਛੋਟੇ ਸ਼ਹਿਰ 'ਚੋਂ ਵੀ ਮਿਲ ਜਾਂਦੀ ਹੈ ਜਿੱਥੇ ਕਿ ਗੈਸ ਹੈ ਨਾ ਜਿਹੜੇ ਸ਼ਹਿਰਾਂ 'ਚ ਲੱਗੀ ਜੀ ਉਹ ਸ਼ਹਿਰਾਂ 'ਚ ਸਾਰਿਆਂ 'ਚ ਗੈਸ ਹੈ ਇਹ ਤੁਹਾਨੂੰ ਮਿਲ ਜਾਏਗੀ ਇਸ ਤਰ੍ਹਾਂ ਕਿ ਜਨਾਬ ਉਹਨਾਂ ਨੂੰ ਜਾ ਕੇ ਕਹਿਣਾ ਕਿ ਜਿਹੜਾ ਗੈਸ ਕਿਚਨ ਵਾਲਾ ਕੰਪਰੈਸ਼ਰ ਦੇ ਦਿਓ ਦੁਕਾਨ 'ਤੇ ਕਹੋਗੇ ਅਤੇ ਉਹ ਤੁਹਾਨੂੰ ਜਨਾਬ ਦੇ ਦੇਣਗੇ ਇਹਦੇ ਨਾਲ ਸਪੀਡ ਵੀ ਹੈ ਵੱਧ ਘੱਟ ਕਰਨ ਵਾਲੀ ਇਹ ਹਵਾ ਬਣਾ ਕੇ ਦੇਗੀ ਇੱਥੇ ਸੋਚ ਲਵਾਂਗੇ ਪਹਿਲੇ ਇਹਨੂੰ ਵੇਖਾਂਗੇ ਕਿ ਇਹ ਕਿੱਧਰੋਂ ਹਵਾ ਖਿੱਚਦੀ ਹੈ ਅਤੇ ਕਿੱਧਰ ਸੁੱਟਦੀ ਹੈ ਇਹ ਆਨ ਹੋ ਗਈ ਹੈ ਇਹ ਵੇਖੋ ਮਸ਼ੀਨ ਆਨ ਹੋ ਗਈ ਹੈ ਇਹ ਇਹ ਇਨ ਹੈ ਅਤੇ ਇਹ ਆਊਟ ਹੈ ਇੱਧਰ ਨੂੰ ਹਵਾ ਕੱਢੇਗੀ ਠੀਕ ਹੈ ਇਹ ਇਹ ਹਵਾ ਕੱਢ ਰਹੀ ਹੈ ਇੱਧਰ ਅਸੀਂ ਪੈਪ ਲਾ ਲੈਣਾ ਇਹ ਵਾਲਾ ਇਹ ਸਿਆਰ ਦੇ ਇਹ ਪੈਪ ਲੱਗ ਗਿਆ ਠੀਕ ਹੈ ਇਹਨੂੰ ਅਸੀਂ ਪੈਪ ਨਹੀਂ ਲਾਉਣਾ ਕਿਉਂਕਿ ਇੰਨੇ ਹਵਾ ਖਿੱਚ ਕੇ ਤਾਂ ਇਉਂ ਨੂੰ ਦੇਣੀ ਹੈ ਜਦੋਂ ਇੱਧਰ ਨੂੰ ਇਹਨੇ ਹਵਾ ਦੇਣੀ ਹੈ ਫਿਰ ਜਿਹੜਾ ਭਰਾਵਾਂ ਨੇ ਇਹਨੂੰ ਵੇਖ ਲੈਣਾ ਸਾਡੀਆਂ ਮਾਵਾਂ ਭੈਣਾਂ ਨੇ ਜਦੋਂ ਇੱਥੇ ਰੋਟੀ ਪਕਾਉਣੀ ਹੈ ਜਿਵੇਂ ਇਹਨੇ ਇੱਧਰ ਨੂੰ ਹਵਾ ਦੇਣੀ ਹੈ ਇਵੇਂ ਹੀ ਤੁਸੀਂ ਇਨਸ਼ਾਅੱਲਾ ਅਰਸ਼ਦ ਵਫਾਈ ਨੂੰ ਦੁਆ ਦੇਣੀ ਹੈ ਇਹ ਉਮੀਦ ਹੈ ਕਿ ਇਨਸ਼ਾਅੱਲਾ ਤੁਹਾਨੂੰ ਸਾਰੀ ਸਮਝ ਆਏਗੀ ਇਹ ਪੈਪ ਦਾ ਜਿਹੜਾ ਦੂਸਰਾ ਹਿੱਸਾ ਹੈ ਇਹਨੂੰ ਅਸੀਂ ਲਾਵਾਂਗੇ ਇਹਦੇ 'ਚ ਇਹ ਸੁਰਾਖ 'ਚ ਇਹਨੂੰ ਇੰਨਾ ਕੁ ਠਾਂ ਕਰ ਲੈਣਾ ਕਿ ਜਿਹੜਾ ਇਹ ਪੈਟਰੋਲ ਦੇ ਵਿੱਚ ਇਸ ਪੈਟਰੋਲ ਪਾਵਾਂਗੇ ਪੈਟਰੋਲ ਦੇ ਵਿੱਚ ਜਾਏ ਇਹ ਪੈਪ ਜਿਹੜਾ ਨਾ ਥੱਲੇ ਉਹ ਥੋੜ੍ਹਾ ਜਿਹਾ ਹਿੱਸਾ ਉੱਤੇ ਹੋਣਾ ਚਾਹੀਦਾ ਪੂਰਾ ਭਰਾ ਕੋਈ ਸੂਤਰਾਂ ਨਾਲ ਤਾਂ ਹੋਵੇ ਕਿਉਂਕਿ ਤੁਹਾਡਾ ਥੋੜ੍ਹਾ ਵੀ ਪੈਟਰੋਲ ਹੋਏ ਤਾਂ ਫਿਰ ਵੀ ਚੱਲਦਾ ਰਹੇਗਾ ਇਹ ਜਨਾਬ ਜਿਹੜਾ ਕਿ ਹਵਾ ਆਉਣ ਵਾਲਾ ਪੈਪ ਹੈ ਨਾ ਇਹ ਥੱਲੇ ਤੱਕ ਜਾਣਾ ਚਾਹੀਦਾ ਇਹਦੇ ਵਿੱਚ ਪੈਟਰੋਲ ਹੋਣਾ ਇਹ ਦੂਸਰਾ ਜਿਹੜਾ ਪੈਪ ਹੈ ਨਾ ਇਹ ਜਾਣਾ ਪਾਣੀ ਦੇ ਵਿੱਚ ਇਹ ਜਿਹੜਾ ਨਾ ਥੋੜ੍ਹਾ ਆਉਣਾ ਚਾਹੀਦਾ ਉੱਤੇ ਅਗਰ ਇਹਨੂੰ ਤੁਸੀਂ ਗਲਤ ਲਾਓਗੇ ਨਾ ਪਾਣੀ ਪੈਟਰੋਲ ਮਿਕਸ ਹੋ ਜਾਏਗਾ ਅਤੇ ਉਹ ਕੰਮ ਖਰਾਬ ਹੋ ਜਾਏਗਾ ਜਾਂ ਇਹ ਹਵਾ ਵਾਲੀ ਜਿਹੜੀ ਤੁਹਾਨੂੰ ਦੱਸੀ ਹੈ ਇਹ ਅਗਰ ਪੈਪ ਪੁੱਠਾ ਲਾਓਗੇ ਤਾਂ ਇਹ ਪੈਟਰੋਲ ਪਾਣੀ ਆਪਣੇ ਵਿੱਚ ਖਿੱਚ ਲਏਗੀ ਉਹ ਇਹ ਗਲਤੀ ਨਹੀਂ ਕਰਨੀ ਕਿਉਂਕਿ ਪੈਟਰੋਲ ਹੁੰਦਾ ਤਾਂ ਫਿਰ ਉਹਦੇ ਨਾਲ ਮਸਲਾ ਖਰਾਬ ਹੋ ਸਕਦਾ ਇਹਨੂੰ ਬਣਾਉਣ ਦੇ ਹੀ ਬਸ ਮਸਲਾ ਜਦੋਂ ਬਣ ਗਿਆ ਨਾ ਸਹੀ ਤਾਂ ਫਿਰ ਕੋਈ ਟੈਨਸ਼ਨ ਨਹੀਂ ਇਹ ਜਿਹੜਾ ਨਾ ਇੱਥੇ ਇੱਥੇ ਲੱਗਣਾ ਅਤੇ ਇਹ ਪਾਣੀ ਦੇ ਵਿੱਚ ਜਾਣਾ ਇਹ ਪੈਪ ਪਾਣੀ ਦੇ ਵਿੱਚ ਥੱਲੇ ਤੱਕ ਜਾਏਗਾ ਇਹ ਵੇਖ ਲਵੋ ਇਹ ਇੰਨਾ ਕੁ ਥੱਲੇ ਤੱਕ ਜਾਏਗਾ ਕਿ ਜਿਹੜਾ ਬਸ ਥੋੜ੍ਹਾ ਜਿਹਾ ਉੱਚਾ ਰਹੇ ਇਸ ਵਾਸਤੇ ਕਿ ਹਵਾ ਇਹਦੀ ਜਿਹੜੀ ਨਾ ਸਹੀ ਚੱਲਦੀ ਰਹੇ ਇਹਨੇ ਇੰਝ ਲੱਗ ਜਾਣਾ ਇਹ ਜਿਹੜਾ ਹੁਣ ਚੁੱਲ੍ਹੇ ਵਾਲਾ ਪੈਪ ਰਹਿ ਗਿਆ ਸਾਡਾ ਜਿਹੜਾ ਅਸੀਂ ਜਿਹਦੇ 'ਤੇ ਅੱਗ ਬਾਲਣੀ ਆ ਉਹ ਇਹ ਇਹ ਪਾਣੀ ਵਾਲੇ ਡੱਬੇ ਦੇ ਵਿੱਚ ਲੱਗਣਾ ਇਹਨੂੰ ਇਸ ਤਰ੍ਹਾਂ ਕਰਕੇ ਅਤੇ ਇਹਨੂੰ ਵੀ ਇਹਦੇ ਵਿੱਚ ਲਾ ਲੈਣਾ ਇੱਧਰ ਵਾਲਾ ਪੈਪ ਇੱਧਰ ਕੱਢ ਕੇ ਲਾ ਲੈਂਦੇ ਹਾਂ ਕਿਉਂਕਿ ਇਹਦਾ ਸੁਰਾਖ ਦਾ ਮਸਲਾ ਆਉਂਦਾ ਪਿਆ ਇਹ ਜਿਹੜੇ ਮਰਜ਼ੀ ਸੁਰਾਖ 'ਚ ਲੱਗ ਜੇ ਲੇਕਿਨ ਇਹਦਾ ਸੁਰਾਖ ਛੋਟਾ ਰਹਿ ਗਿਆ ਬਹਰਹਾਲ ਸੁਰਾਖ ਇਸ ਤਰ੍ਹਾਂ ਦੇ ਕਰਨੇ ਕਿ ਤੁਹਾਡੇ ਟੈਟ ਪੈਪ ਜਾਣ ਵਿੱਚ
ਤੇ ਉਹ ਬਿਹਤਰ ਹੋਏਗਾ। ਇਹ ਤੁਸੀਂ ਇੰਨਾ ਕੁ ਰੱਖ ਲੈਣਾ ਕਿ ਜਿਹੜਾ ਥੋੜ੍ਹਾ ਜਿਹਾ ਨਾ ਉੱਚਾ ਰਹੇ। ਐਕਚੁਲੀ ਵਾਲਾ ਪੈਪ ਲਾਉਂਦੇ ਹਾਂ, ਇਹ ਅਸਲ 'ਚ ਪੈਪ ਹੈ ਮੋਟਾ ਥੋੜ੍ਹਾ, ਨਵਾਂ ਲਿਆਉਂਦਾ ਤਾਂ ਮੋਟਾ, ਇਹਦਾ ਸੁਰਾਖ ਛੋਟਾ ਕਰ ਲਿਆ, ਇਹ ਹੁਣ ਮਸਲਾ ਬਣਦਾ। ਕੋਈ ਨਹੀਂ, ਇਹ ਇੰਨਾ ਆ ਗਿਆ ਠੀਕ ਹੈ, ਕਿਉਂਕਿ ਥੋੜ੍ਹਾ ਹੀ ਰੱਖਣਾ। ਇਹ ਹੋ ਗਏ ਨੇ ਜੀ ਤਿਆਰ, ਇਹ ਹੁਣ ਤੁਹਾਨੂੰ ਅਸੀਂ ਵਹਾਉਣ ਲੱਗੇ ਹਾਂ ਕਿ ਅਸੀਂ ਕਰਨ ਕੀ ਲੱਗੇ ਹਾਂ। ਇਹ ਹੁਣ ਡੱਬੇ ਨੇ ਨਾ ਜਿਹੜੇ, ਇਹਨਾਂ ਦੇ ਵਿੱਚ ਅਸੀਂ ਮਟੀਰੀਅਲ ਪਾਉਂਦੇ ਹਾਂ ਜਿਹੜਾ ਯੂਜ਼ ਕਰਨਾ ਅਸੀਂ। ਇਹ ਪਹਿਲੇ ਨੰਬਰ 'ਤੇ ਤਾਂ ਅਸੀਂ ਐਜ਼ ਪਾਣੀ ਪਾਉਂਦੇ ਹਾਂ, ਬਿਸਮਿਲ੍ਲਾਹਿ ਰਹਿਮਾਨ ਰਹੀਮ। ਇਹ ਪਾਣੀ ਇੰਨਾ ਕੁ ਹੋਣਾ ਚਾਹੀਦਾ, ਵੇਖ ਲਿਓ ਇਸ ਹਿਸਾਬ 'ਤੇ, ਤੁਸੀਂ ਡੱਬੇ ਵੱਡੇ ਲੈਣੇ ਨੇ ਛੋਟੇ ਲੈਣੇ ਨੇ, ਇਸ ਹਿਸਾਬ 'ਤੇ ਪਾਣੀ ਪਾ ਲਿਓ। ਜਿਸ ਤਰ੍ਹਾਂ ਦਾ ਡੱਬਾ ਹੋਏ, ਮੁੰਨਾ ਡੱਬਾ ਜਿਹਨੂੰ ਆ ਦੇਣਾ, ਹਾਂ ਮੁੰਨਾ ਡੱਬਾ ਪਾਣੀ। ਅੱਛਾ, ਇਹ ਹੋ ਗਿਆ, ਹੁਣ ਡਿੱਗੇਗਾ ਨਹੀਂ। ਹੈਲੋ, ਇਹਨੂੰ ਇਸ ਤਰ੍ਹਾਂ ਮੇਲਣਾ, ਬੰਦ ਕਰਨਾ ਕਿ ਇਹ ਘੁੱਟ ਕੇ ਬੰਦ ਹੋਏ, ਲੇਕਿਨ ਅਸੀਂ ਇਹਨੂੰ ਅਜੇ ਬੰਦ ਨਹੀਂ ਕਰਦੇ, ਇਹ ਥੋੜ੍ਹਾ ਜਿਹਾ ਕੰਮ ਰਹਿੰਦਾ ਉਹ ਕਰਕੇ ਤੇ ਫਿਰ। ਯਾਨੀ ਕਿ ਕੰਮ ਇਹ ਰਹਿੰਦਾ ਕਿ ਪਹਿਲੇ ਅਸੀਂ ਇਹਨੂੰ ਚੈੱਕ ਕਰਾਂਗੇ ਕਿ ਵਾਕਈ ਇੱਧਰੋਂ ਹਵਾ ਇਹਦੇ 'ਚ ਜਾਣੀ ਹੈ, ਬਿਲਕੁਲ ਇਹਦੇ 'ਚ ਆਉਣੀ ਹੈ, ਇਹਦੇ 'ਚ ਹੋ ਕੇ ਫਿਰ ਇਹਦੇ 'ਚ ਜਾਣੀ ਹੈ। ਅੱਗੇ ਅਸੀਂ ਗਲਤੀ ਕਰ ਲਈ ਸੀ ਅਤੇ ਉਹ ਪਾਣੀ ਅਤੇ ਤੇਲ ਮਿਕਸ ਹੋ ਗਿਆ ਸੀ, ਹੁਣ ਅਸੀਂ ਤਾਂ ਹੀ ਕਲੀਅਰ ਕਰਕੇ ਪਹਿਲੇ ਤਜਰਬਾ ਕਰਕੇ ਅਤੇ ਤੁਹਾਨੂੰ ਫੇਰ ਵਹਾਉਣ ਲੱਗੇ ਹਾਂ ਕਿ ਤੁਹਾਨੂੰ ਦਿੱਕਤ ਪੇਸ਼ ਨਾ ਆਏ। ਅੱਛਾ, ਹੁਣ ਇਹਨੂੰ ਅਸੀਂ ਜਨਾਬ ਇਸ ਤਰ੍ਹਾਂ ਕਰਨਾ ਕਿ ਇਹਦੇ 'ਚ ਪਾਵਾਂਗੇ ਪੈਟਰੋਲ, ਪੈਟਰੋਲ ਅਸੀਂ ਬਾਅਦ 'ਚ ਪਾਵਾਂਗੇ, ਪਹਿਲੇ ਅਸੀਂ ਕਰਾਂਗੇ ਇਹਨੂੰ ਪੱਕਿਆਂ। ਇੱਥੇ ਜਿੱਥੇ ਜਿੱਥੇ ਪੈਪ ਲਾਉਣੇ ਹਨ ਅਸੀਂ ਲੈ ਲਾ, ਹੁਣ ਇਹਨੂੰ ਅਸੀਂ ਕਰਾਂਗੇ ਪੱਕਿਆਂ। ਇਹਦੇ ਨਾਲ ਤੁਸੀਂ ਅਕਸਰ ਵੇਖਿਆ ਹੋਏਗਾ ਲੋਕ ਜੋੜਦੇ ਨੇ ਚੀਜ਼ਾਂ, ਸ਼ੀਸ਼ਾ ਵਗੈਰਾ ਯੇ ਵੋ। ਇਹਨੂੰ ਅਸੀਂ ਆਨ ਕਰ ਲਿਆ, ਇਹਨੇ ਗਰਮ ਹੋ ਜਾਣਾ, ਤੁਸੀਂ ਤੁਹਾਨੂੰ ਇਹ ਲੈਣ ਦੀ ਜ਼ਰੂਰਤ ਨਹੀਂ। ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਕਿ ਇਹ ਤੁਹਾਨੂੰ ਇੱਕ ਮਿਲੇਗੀ ਸਿਲੀਕੋਨ, ਜਿਹਦੇ ਨਾਲ ਸ਼ੀਸ਼ਾ ਵਗੈਰਾ ਜੋੜੀਦਾ, ਜਾਂ ਸ਼ੀਸ਼ੇ ਲਾਏ ਹੁੰਦੇ ਨੇ ਲੋਕਾਂ ਨੇ ਜੋੜ ਕੇ ਅਤੇ ਉਹ ਜੋੜਦੇ ਨੇ ਅਤੇ ਲਾਉਂਦੇ ਨੇ, ਉਹ ਸਿਲੀਕੋਨ ਤੁਹਾਨੂੰ ਮਿਲੇਗੀ ਜਨਾਬ ਆਮ ਹਾਰਡਵੇਅਰ ਦੀਆਂ ਦੁਕਾਨਾਂ ਤੋਂ। ਉਹ ਸ਼ੀਸ਼ੀ ਹੋਏਗੀ ਛੋਟੀ ਜੀ, ਉਹ 40 ਤੋਂ 50 ਰੁਪਏ ਦੀ ਤੁਹਾਨੂੰ ਮਿਲੇਗੀ ਅਤੇ ਤੁਹਾਡਾ ਉਹਦੇ ਨਾਲ ਕੰਮ ਚੱਲ ਜਾਣਾ। ਇਹ ਸਾਡੇ ਕੋਲ ਹੈ ਪਈ ਜੀ, ਅਤੇ ਅਸੀਂ ਇਹਦੇ ਨਾਲ ਚਲਾਉਣ ਲੱਗੇ। ਇਹ ਹੁਣ ਗਰਮ ਹੋ ਜਾਂਦੀ ਹੈ ਅਤੇ ਇਹ ਗਰਮ ਕਰਕੇ ਕੱਢਣੀ ਪੈਂਦੀ ਹੈ, ਉਹਨੂੰ ਗਰਮ ਕਰਨ ਦੀ ਜ਼ਰੂਰਤ ਨਹੀਂ, ਉਹ ਤੁਸੀਂ ਸ਼ੀਸ਼ੀ ਖੋਲ੍ਹਣੀ ਹੈ, ਅੱਜ ਕਰਕੇ ਸਮਾਧ ਵਾਲਾ ਲੇਖਾ ਲਾ ਲੈਣੀ ਹੈ। ਇਹ ਜੀ ਸਿਲੀਕੋਨ ਇਹ 'ਚ ਨਿਕਲਣ ਲੱਗ ਪਈ ਆ ਅਤੇ ਇਹਨੂੰ ਅਸੀਂ ਹੁਣ ਲਾਵਾਂਗੇ ਇਹਦੇ 'ਚ ਫੇਰੇ ਸਿਲੀਕੋਨ, ਇਸ ਵਾਸਤੇ ਕਿ ਇਹਦੀ ਹਵਾ ਲੀਕ ਨਾ ਹੋਵੇ। ਜੇ ਇਹਦੀ ਹਵਾ ਲੀਕ ਹੋਈ ਤਾਂ ਫਿਰ ਇਹ ਤੁਹਾਡੇ ਵਾਸਤੇ ਇਹ ਦਿੱਕਤ ਪੇਸ਼ ਕਰੇਗੀ ਕਿ ਤੁਹਾਡੀ ਗੈਸ ਹੈ ਨਾ ਜਿਹੜੀ ਉਹ ਜ਼ਿਆਦਾ ਜ਼ਾਇਆ ਹੋਏਗੀ, ਗੈਸ ਜ਼ਿਆਦਾ ਜ਼ਾਇਆ ਹੋਏਗੀ ਅਤੇ ਉਹਦੇ ਨਾਲ ਥੋੜ੍ਹਾ ਖਰਚਾ ਵੱਧ ਜਾਏਗਾ। ਲੇਕਿਨ ਕੋਸ਼ਿਸ਼ ਕਰੋ ਕਿ ਗੈਸ ਲੀਕ ਨਾ ਹੋਏ, ਇਹਨੂੰ ਅੱਛੀ ਤਰ੍ਹਾਂ ਇਹ ਲਾ ਲੈਣੀ, ਇਸੇ ਤਰ੍ਹਾਂ ਹੀ ਇਹ ਸਾਰਿਆਂ ਨੂੰ ਲਾ ਲੈਣੀ। ਇਹ ਜੀ ਅਸੀਂ ਸਿਲੀਕੋਨ ਲਾ ਲਈਏ ਸਾਰੀ ਨੂੰ, ਹੁਣ ਅਸੀਂ ਇਹਨੂੰ ਰਹਿੰਦੇ ਹਾਂ ਸਾਈਡ 'ਤੇ ਦੋਸਤੋ। ਇਹ ਹੁਣ ਅਸੀਂ ਲਈਏ ਲਾ ਇਹਨੂੰ, ਠੀਕ ਹੈ ਸਿਲੀਕੋਨ। ਹੁਣ ਅਸੀਂ ਇਹਨਾਂ ਨੂੰ ਬੰਦ ਕਰਨ ਲੱਗੇ ਹਾਂ, ਇਹ ਪਹਿਲੇ ਪਾਣੀ ਵਾਲੇ ਨੂੰ ਬੰਦ ਕਰਨੇ ਆ। ਇਹ ਵੇਖ ਲਓ ਇਸ ਤਰ੍ਹਾਂ ਪੈਪ ਲਾਏ ਨੇ ਅਸੀਂ, ਬਿਸਮਿਲ੍ਲਾ ਇਹਦਾ, ਇਹ ਪਾਣੀ ਵਾਲੇ ਡੱਬੇ ਨੂੰ ਬੰਦ ਕਰ ਲੈਣਾ। ਇੰਜ ਬੰਦ ਕਰਨਾ ਦੋਸਤੋ ਕਿ ਹਵਾ ਇਹਦੀ ਜਿਹੜੀ ਹੈ ਨਾ ਉਹ ਲੀਕ ਨਾ ਹੋਏ, ਇਸ ਵਾਸਤੇ ਢੱਕਣ ਟਾਈਟ ਮੇ ਲੈਣਾ ਕਿ ਹਵਾ ਲੀਕ ਹੋਈ ਤਾਂ ਤੁਹਾਨੂੰ ਦੱਸਿਆ ਨਾ ਕਿ ਜੇ ਹਵਾ ਲੀਕ ਹੋਈ ਤਾਂ ਸਮਝੋ ਕਿ ਇਹ ਤੁਹਾਡਾ ਜਿਹੜਾ ਨਾ ਸਿਸਟਮ ਲੀਕ ਹੋ ਜਾਏਗੀ ਗੈਸ, ਇਹਨੂੰ ਸਿਲੀਕੋਨ ਹੇਠਾਂ ਉੱਤੇ ਸਹੀ ਕਰਕੇ ਲਾ ਲੈਣੀ ਹੈ। ਜਦੋਂ ਇਹਨੂੰ ਤੁਸੀਂ ਘੁੱਟ ਕੇ ਮੇਲ ਲਓਗੇ ਕਿਸੇ ਪਾਸੋਂ ਗੈਸ ਲੀਕ ਨਹੀਂ ਹੋਏਗੀ। ਫਿਰ ਅਸੀਂ ਪਾਵਾਂਗੇ ਇਹਦੇ ਵਿੱਚ ਪੈਟਰੋਲ, ਪੈਟਰੋਲ ਇੰਨਾ ਪਾ ਲੈਣਾ ਕਿ ਡੱਬੇ ਦੇ ਵਿੱਚ ਨਾ ਥੋੜ੍ਹੀ ਜਿਹੀ ਜਗ੍ਹਾ ਖਾਲੀ ਰਹਿ ਜੇ, ਤਕਰੀਬਨ ਇੰਨਾ ਇੰਨਾ ਪੈਟਰੋਲ ਪਾ ਲਾਂਗੇ। ਇਹ ਹੁਣ ਲੀਟਰਾਂ ਦਾ ਹਿਸਾਬ ਇਹੋ ਹੀ ਹੋਣਾ, ਅਸੀਂ ਤੁਹਾਨੂੰ ਪਾ ਕੇ ਦੱਸਣੇ ਆ। ਇਹ 1.5 ਲੀਟਰ ਹੈ ਅਤੇ ਇਹ 1/2 ਲੀਟਰ ਹੈ, ਇਹ ਚਾਹੀਦਾ ਸੀ ਲੀਟਰ ਹੋਣਾ, ਲੀਟਰ ਹੁੰਦਾ ਤਾਂ ਸਹੀ ਹੋ ਜਾਣਾ ਸੀ ਕੰਮ। ਹੁਣ ਅਸੀਂ ਇਹਨੂੰ ਲੀਟਰ ਇਹਦੇ 'ਚੋਂ ਕੱਢ ਕੇ ਪਾਉਂਦੇ ਹਾਂ, ਇਹ ਹੁਣ ਅੰਦਾਜ਼ਾ ਨਹੀਂ ਸੀ ਪਾਉਣਾ ਲੀਟਰ। ਬਿਸਮਿਲ੍ਲਾ ਰਹਿਮਾਨ ਰਹਿਮ। ਇਹ ਜੀ ਤਕਰੀਬਨ ਲੀਟਰ ਹੋ ਗਿਆ, ਲੀਟਰ ਤੋਂ ਰੋਲ ਤਾਂ ਹੀ ਹੋਣਾ, ਘੱਟ ਨਹੀਂ ਹੋਣਾ। ਇਹ ਵੇਖੋ ਜੀ, ਇਹਨੂੰ ਅਸੀਂ ਇਸ ਤਰ੍ਹਾਂ ਕਰਕੇ ਬੰਦ ਕਰ ਲੈਣਾ, ਇਹਨੂੰ ਘੁੱਟ ਕੇ ਬੰਦ ਕਰ ਲੈਣਾ। ਜਿਹੜੇ ਤੁਹਾਨੂੰ ਦੱਸਿਆ ਗੈਸ ਲੀਕ ਨਹੀਂ ਹੋਣੀ ਚਾਹੀਦੀ, ਕਦੋਂ ਜਿਹੜੀ ਤੁਹਾਡੀ ਗੈਸ ਬਣੇ ਉਹ ਜ਼ਾਇਆ ਨਾ ਹੋਏ, ਜ਼ਾਇਆ ਹੋਏਗੀ ਤਾਂ ਫਿਰ ਜ਼ਾਹਰੀ ਗੱਲ ਨੁਕਸਾਨ ਹੀ ਹੁੰਦਾ। ਅਤੇ ਇਹ ਹੁਣ ਇਹ ਹੋ ਗਿਆ ਸਾਡਾ ਸਿਸਟਮ ਤਿਆਰ। ਅਸੀਂ ਪੈਪ ਲੈਣੇ ਨੇ ਜ਼ਿਆਦਾ ਲੰਮੇ, ਕਿਉਂਕਿ ਇਹ ਜਿਹੜਾ ਪੈਟਰੋਲ ਵਾਲਾ ਸਿਸਟਮ ਹੈ ਨਾ ਸਾਡਾ, ਇਹ ਪੈਟਰੋਲ ਵਾਲਾ ਸਾਡਾ ਸਿਸਟਮ ਹੋਣਾ ਚਾਹੀਦਾ ਥੋੜ੍ਹਾ ਦੂਰ। ਇਸ ਵਾਸਤੇ ਐਡਾ ਕੋਈ ਖਤਰਾ ਨਹੀਂ, ਕੋਈ ਮਾਮਲਾ ਨਹੀਂ, ਇਹਨੂੰ ਐਵੇਂ ਡਰਨ ਵਾਲੀ ਗੱਲ ਕੋਈ ਨਹੀਂ, ਲੇਕਿਨ ਅਸੀਂ ਫਿਰ ਵੀ ਇਹਨੂੰ ਧਿਆਨ ਦੂਰ ਰੱਖਾਂਗੇ। ਇਹ ਵੇਖੋ ਜੀ, ਇਹਨੇ ਅਸੀਂ ਥੋੜ੍ਹਾ ਦੂਰ ਰੱਖ ਲੈਂਦੇ ਹਾਂ ਇਹਨੂੰ, ਤੁਸੀਂ ਸੇਫ ਜਗ੍ਹਾ 'ਤੇ ਕਿਤੇ ਵੀ ਕਿਤੇ ਦੂਰ ਰੱਖ ਲਓ, ਘਰੋਂ ਬਾਹਰ ਰੱਖ ਲਓ, ਪੈਪ ਜਿੰਨਾ ਪਾ ਲਓ,
ਓੜਨੀ ਤੁਹਾਡੀ ਮਰਜ਼ੀ, ਘਰੋਂ ਬਾਹਰ ਨਹੀਂ ਮਸਲਣ ਦੀ, ਯਾਨੀ ਕਿ ਕਿਸ ਸਾਈਡ ਕੋਨੇ ਦੇ, ਯਾਨੀ ਕਿ ਕੋਈ ਕੋਨਾ ਖਾਲੀ ਦੇਖ ਕੇ ਤੇ ਉੱਧਰ ਤੁਸੀਂ ਇਹ ਰੱਖ ਲੈਣਾ। ਇਹ ਰੱਖਿਆ ਗਿਆ, ਇਹ ਪੈਪ ਹੋ ਗਏ ਤੁਹਾਡੇ ਦੋਏ, ਇਹਨੇ ਲਿਆਉਣੀ ਹੈ ਮਸ਼ੀਨ ਦੇ ਵਿੱਚੋਂ ਹਵਾ, ਇਹ ਤੁਸੀਂ ਵੇਖਦੇ ਪਿਓ, ਇਹਨੇ ਹਵਾ ਦੇਣੀ ਹੈ ਤੇ ਇਹਨੇ ਫਿਰ ਇਹ ਪੈਟਰੋਲ ਦੇ ਵਿੱਚ ਹਵਾ ਵੱਜਣੀ ਹੈ। ਦੇਖੋ ਜਦੋਂ ਪੈਟਰੋਲ 'ਚ ਹਵਾ ਵੱਜਣੀ ਹੈ ਤੇ ਇਹਨੇ ਬੁਲਕਣਾ ਪੈਟਰੋਲ ਨੇ, ਇਹਨੇ ਜਦੋਂ ਰਿੜਕਿਆ ਜਾਣਾ ਨਾ, ਇਹਦੇ 'ਚ ਬਣਨੀ ਹੈ ਗੈਸ, ਗੈਸ ਜਾਣੀ ਹੈ ਇਹ ਪਾਣੀ 'ਚ, ਪਾਣੀ ਤੋਂ ਬਾਅਦ ਇਹ ਜਿਹੜਾ ਨਾ ਇਹਨੇ ਗੈਸ ਬਣਾ ਕੇ ਇਸ ਗੈਸ ਨੂੰ ਸਾਫ਼ ਕਰਕੇ ਦੇਣਾ ਪਾਣੀ ਨੇ, ਸਹੀ ਜਿਹੜੀ ਤੁਹਾਡੀ ਬਲਣ ਦੇ ਕਾਬਲ ਹੋਏ, ਪਾਣੀ ਲਾਜ਼ਮੀ ਪਾਉਣਾ। ਮਤਲਬ ਇੰਜੀ ਨਾਲ ਤਜਰਬਾ ਸ਼ੁਰੂ ਕਰ ਦਿਓ। ਇਹ ਹੁਣ ਜਨਾਬ ਅਸੀਂ ਦੇਖ ਲਿਆ ਕਿ ਅਸੀਂ ਚੁੱਲ੍ਹਾ ਬਾਲ ਕੇ ਦੱਸਣ ਲੱਗੇ ਹਾਂ, ਔਰ ਇਨਸ਼ਾਅੱਲਾ ਤੁਹਾਨੂੰ ਪੂਰੀ ਸਮਝ ਆਏਗੀ ਮੇਰੀ ਗੱਲ ਦੀ ਅਤੇ ਤੁਹਾਨੂੰ ਫਾਇਦਾ ਹੋਏਗਾ ਬੜਾ। ਇਹ ਮਸ਼ੀਨ ਇੱਥੇ ਅਸੀਂ ਕੋਲ ਤਾਰ ਰੱਖੀ ਹੈ ਕਿ ਚੁੱਲ੍ਹੇ ਦੀ ਸਪੀਡ ਘੱਟ ਵੱਧ ਤੁਸੀਂ ਕਰਨੀ ਹੈ ਅਤੇ ਇਹਦੇ ਤੋਂ ਕਰਨੀ ਹੈ। ਇਹ ਪਿਆਰੇ ਦੋਸਤੋ ਅਸੀਂ ਹੁਣ ਲੱਗੇ ਹਾਂ ਚੁੱਲ੍ਹਾ ਬਾਲਣ। ਪਹਿਲੇ ਅਸੀਂ ਤੁਹਾਨੂੰ ਇਹ ਗੱਲ ਦੱਸਣੀ ਹੈ ਕਿ ਜੇ ਤੁਸੀਂ ਕਰਨੀ ਹੈ ਨਾ ਇਹ ਗੈਸ ਯੂਜ਼, ਇਹੋ ਹੀ ਜਿਹੜੀ ਅਸੀਂ ਬਣਾ ਕੇ ਤੁਹਾਨੂੰ ਦੱਸ ਰਹੇ ਹਾਂ, ਜੇ ਇਹ ਇਸਤੇਮਾਲ ਕਰਨੀ ਹੈ ਤਾਂ ਫਿਰ ਇਹ ਤੁਹਾਡੇ ਚੁੱਲ੍ਹੇ ਨੂੰ ਇਹ ਨਹੀਂ ਲਗਾਉਣਾ ਚਾਹੀਦਾ, ਬੰਦ ਕਰਨ ਵਾਲਾ ਇਹ ਵਾਲ ਨਹੀਂ ਲਗਾਉਣਾ ਚਾਹੀਦਾ, ਕਿਉਂਕਿ ਵਾਲ ਹੋਏਗਾ ਤਾਂ ਤੁਸੀਂ ਵਾਲ ਬੰਦ ਕਰ ਦਿਓਗੇ ਤਾਂ ਬੋਤਲਾਂ ਤੁਹਾਡੀਆਂ ਪਾੜ ਜਾਣਗੀਆਂ, ਠੀਕ ਹੈ। ਇਹ ਵਾਲ ਤੋਂ ਬਗੈਰ ਹੋਣਾ ਚਾਹੀਦਾ ਚੁੱਲ੍ਹਾ, ਇੱਥੇ ਤੁਹਾਡਾ ਆਫ ਆਉਣ ਵਾਲਾ ਕੋਈ ਚੱਕਰ ਨਹੀਂ ਹੋਏਗਾ, ਇਹ ਚੱਕਰ ਹੋਏਗਾ ਆਫ ਆਉਣ ਵਾਲਾ, ਤੁਸੀਂ ਇਹਦੇ ਤੋਂ ਆਫ ਆਨ ਕਰਨਾ ਇਹਨੂੰ, ਠੀਕ ਹੈ। ਇਹ ਵੇਖਦੇ ਪਿਓ ਤੁਸੀਂ ਇਹਦੇ ਤੋਂ ਇਹਨੂੰ ਆਫ ਆਨ ਕਰਨਾ, ਚੁੱਲ੍ਹੇ ਤੋਂ ਨਹੀਂ ਕਰਨਾ, ਇਹਦੇ ਤੋਂ ਨਹੀਂ ਕਰਨਾ, ਠੀਕ ਹੈ। ਇਹ ਤੁਹਾਡਾ ਨਹੀਂ ਹੋਣਾ ਚਾਹੀਦਾ ਵਾਲ, ਇਹ ਤੁਹਾਨੂੰ ਵਾਰ ਵਾਰ ਦੱਸ ਰਿਹਾ, ਇਹ ਕਿਹੜੀ ਗਲਤੀ ਨਾ ਕਰਿਓ। ਅਤੇ ਇਹ ਹੁਣ ਅਸੀਂ ਇਹਨੂੰ ਜਦੋਂ ਨਾ ਆਨ ਕਰਨ ਲੱਗੇ ਹਾਂ ਤਾਂ ਤੁਸੀਂ ਵੇਖਿਓ ਕਿ ਗੈਸ ਕਿਵੇਂ ਬਣਦਾ, ਇੱਥੇ ਕਿਵੇਂ ਚੱਲਦੀ ਹੈ ਅਤੇ ਉੱਥੇ ਕੀ ਬਣਦਾ। ਬਿਸਮਿਲ੍ਲਾ ਰਹਿਮਾਨ ਰਹੀਮ ਸ਼ੁਰੂ ਕਰਨੇ ਹਾਂ ਸੋਹਣੇ ਰੱਬ ਦੇ ਕਰਮ ਦੇ ਨਾਲ, ਅਤੇ ਉਹਦੇ ਨਾਂ ਤੋਂ ਸ਼ੁਰੂ ਕਰਨੇ ਅਤੇ ਇਨਸ਼ਾਅੱਲਾ ਸਾਡੀ ਗੈਸ ਦੇਖੋ ਕਿ ਕਿਵੇਂ ਚੱਲਦੀ ਹੈ। ਬਿਸਮਿਲ੍ਲਾ ਰਹਿਮਾਨ ਰਹੀਮ, ਮਸ਼ੀਨ ਚਲਾਉਂਦੇ ਹਾਂ ਪਹਿਲੇ, ਇਹ ਮਸ਼ੀਨ ਚੱਲ ਗਈ ਹੈ, ਉਹ ਬੋਤਲਾਂ ਵੇਖੋ ਜੀ, ਇਹ ਸੂਰਤ ਹਾਲ ਹੈ। ਹੁਣ ਇੱਧਰ ਦੇਖੋ ਜੀ, ਮੈਂ ਗੈਸ ਚਲਾਉਣ ਲੱਗਾ ਜਿਹਾ ਵੇਖਿਓ, ਇਹ ਗੈਸ ਚੱਲਣ ਲੱਗੀ ਜੀ ਤੁਹਾਡੇ ਸਾਹਮਣੇ ਚੁੱਲ੍ਹਾ, ਬਿਸਮਿਲ੍ਲਾ, ਇਹ ਚੁੱਲ੍ਹਾ ਚੱਲ ਗਿਆ ਜੀ। ਲਿਆਓ ਜੀ ਇਹਦੇ ਭਾਂਡਾ ਰੱਖੋ, ਕੋਈ ਹਵਾ ਪੈਂਦੀ ਪਈ ਇਹਦੇ ਤਾਂ ਜਿਹੜਾ ਨਾ ਇਹ ਦੇਖੋ, ਇਹ ਤੁਸੀਂ ਜ਼ਿਆਦਾ ਤੇਜ਼ ਵੀ ਕਰ ਸਕਦੇ ਹੋ, ਆਸਤਾ ਵੀ ਕਰ ਸਕਦੇ ਹੋ। ਦੇਖੋ ਇਹ ਵੇਖੋ, ਹੁਣ ਅਸੀਂ ਇਹ 'ਤੇ ਬਣਾਉਂਦੇ ਹਾਂ ਚਾਹ ਅਤੇ ਤੁਹਾਨੂੰ ਬਹਾਨੇ ਹਾਂ ਜੀ, ਲਿਆਓ ਜੀ ਚੁੱਕਿਆ, ਠੀਕ ਹੋ ਗਿਆ, ਕੈਸਾ ਚੱਲਿਆ, ਕੈਸਾ ਚੱਲਿਆ। ਇਹ ਦੇਖੋ ਜਿੰਨੀ ਇਹਨੂੰ ਤੁਸੀਂ ਤੇਜ਼ ਕਰਨਾ ਚਾਹੋਗੇ ਇਹ ਓਨਾ ਹੀ ਤੇਜ਼ ਹੋ ਜਾਏਗਾ। ਇਹਦੇ 'ਤੇ ਦੇਖ ਵੀ ਮਕਸਦ ਸੀ, ਆ ਮਸ਼ੀਨ 'ਤੇ ਕੰਟਰੋਲ ਕੀਤਾ ਤਾ ਜੀ, ਜਿੰਨੀ ਆਸਤਾ ਕਰੋਗੇ ਆਸਤਾ ਹੋ ਜਾਏਗਾ, ਜਿੰਨਾ ਤੇਜ਼ ਕਰੋਗੇ ਤੇਜ਼ ਹੋ ਜਾਏਗਾ। ਇਹ ਦੇਖੋ ਇਹ ਸਲੋ ਹੋ ਗਿਆ, ਇਹ ਤੇਜ਼ ਹੋ ਗਿਆ, ਇਹ ਵੇਖ ਲਓ ਕਿ ਇਹਦੇ 'ਤੇ ਕੀ ਲਿਖਿਆ, ਇਹੋ ਹੀ ਚੀਜ਼ ਲੈ ਕੇ ਆਉਣੀ ਹੈ ਤੁਸੀਂ। ਜੇ ਤਾਂ ਇਹ 8 ਹੈ ਨਾ, ਜੇ ਤੁਸੀਂ ਲਿਆਓਗੇ 10 ਤਾਂ ਉਹ ਤੁਹਾਡਾ ਕੰਮ ਨਹੀਂ ਕਰੇਗੀ, 10-12 ਲਿਆਓਗੇ ਉਹ ਕੰਮ ਨਹੀਂ ਕਰੇਗੀ। ਇਹ ਛੋਟੀ ਹੌਲੀ, ਜਿੰਨੀ ਛੋਟੀ ਮਸ਼ੀਨ ਲਵੋਗੇ ਇਹ 1000 ਰੁਪਏ ਦੀ, 1000-1200 ਤੁਸੀਂ ਤੁਹਾਨੂੰ ਮਿਲਣੀ ਆ ਇਹ ਮਸ਼ੀਨ ਲੈ ਕੇ, ਅਤੇ ਇਹਨੂੰ ਤੁਸੀਂ ਯੂਜ਼ ਕਰਨਾ, ਠੀਕ ਹੈ। ਸਮਝ ਆਇਆ ਕਰਦੀ ਹੈ ਮੇਰੇ ਪਿਆਰੇ ਦੋਸਤਾਂ ਨੂੰ, ਮੈਨੂੰ ਪਤਾ ਕਿ ਸਹੀ ਸਮਝ ਆਇਆ ਕਰਦੀ ਹੈ। ਬਣਾਓ ਜੀ ਹੁਣ ਚਾਹ, ਅਤੇ ਇਹਦਾ ਜੀ ਟਾਈਮ ਕਿੰਨੀ ਦੇਰ ਚੱਲਦਾ ਇਹ ਸਾਨੂੰ ਕਿਸੇ ਨੇ ਦੱਸਿਆ ਜੀ, 20 ਘੰਟੇ ਜਿੰਨੇ ਪਹਿਲੇ ਵੀਡੀਓ ਬਣਾਈ ਦੀ ਆ, ਲੇਕਿਨ ਪਹਿਲੇ ਕਿਸੇ ਨੇ ਬਣਾਇਆ ਸੀ ਅਤੇ ਉਹਨੇ ਦੱਸਿਆ ਸੀ 20 ਘੰਟੇ ਚੱਲੇਗਾ, ਉਹਨੇ ਬਣਾਉਣ ਦਾ ਤਰੀਕਾ ਤਰਤੀਬ ਵੀ ਨਹੀਂ ਸਹੀ ਦੱਸੀ, ਐਵੇਂ ਫਟਾਫਟ ਛੋਟੇ ਛੋਟੇ ਕਰਕੇ ਅਤੇ ਲਾਂਬੇ। ਪਿਆਰੇ ਦੋਸਤੋ ਇਹ ਤੁਹਾਨੂੰ ਅੱਛੇ ਤਰੀਕੇ ਨਾਲ ਸਮਝਾਇਆ, ਹੁਣ ਇਹ 20 ਘੰਟੇ ਨਹੀਂ ਚੱਲੇਗਾ। 1 ਲੀਟਰ ਪੈਟਰੋਲ ਨਾਲ ਝੂਠ ਨਹੀਂ ਬੋਲਣਾ ਮੇਰੇ ਪਿਆਰੇ ਦੋਸਤੋ, 15-18 ਘੰਟੇ ਚੱਲੇਗਾ। ਔਰ ਇਹ ਵੀ ਮਜ਼ੀਦ ਇਹਦੀ ਮਲੂਮਾਤ ਵਾਸਤੇ ਅਸੀਂ ਵਿਲੇਜ ਫੂਡ ਪੰਜਾਬ ਚੈਨਲ 'ਤੇ ਆਮਨਾ ਅਰਸ਼ਦ ਤੁਹਾਨੂੰ ਖਾਣੇ ਬਣਾ ਕੇ ਦੱਸਦੇ ਨੇ, ਅਤੇ ਉੱਥੇ ਇਹਨੂੰ ਅਸੀਂ ਯੂਜ਼ ਕਰਾਂਗੇ ਵਿਲੇਜ ਫੂਡ ਪੰਜਾਬ ਚੈਨਲ 'ਤੇ। ਸਾਡੀ ਵੀਡੀਓ ਵੇਖਿਓ, ਉਹਦੇ 'ਤੇ ਅਸੀਂ ਖਾਣੇ ਬਣਾਵਾਂਗੇ, ਫਿਰ ਪੂਰਾ ਤਜਰਬਾ ਨਾਲ ਤੁਹਾਨੂੰ ਦੱਸਦੇ ਰਹਾਂਗੇ। ਸਾਡੇ ਕੋਲ ਆਪਣੇ ਕੋਲ ਸੂਈ ਗੈਸ ਮੌਜੂਦ ਹੈ, ਲੇਕਿਨ ਤੁਹਾਨੂੰ ਦੱਸਣ ਵਾਸਤੇ ਕਿ ਤੁਸੀਂ ਘਰ ਦੇ ਵਿੱਚ ਇਹਨੂੰ ਤਿਆਰ ਕਰਕੇ ਅਤੇ ਤੁਸੀਂ ਸਕੂਲ ਲਵੋ। ਇੱਕ ਤਾਂ ਸਾਡੀਆਂ ਮਾਵਾਂ ਭੈਣਾਂ ਬਾਲਣ ਇਕੱਠਾ ਕਰਦੀਆਂ ਫਿਰਦੀਆਂ ਨੇ, ਅਤੇ ਜੀ ਬਾਲਣ ਇਕੱਠਾ ਕਰਕੇ ਅਤੇ ਫਿਰ ਟੱਬਰ ਦੀ ਰੋਟੀ ਪਕਾਉਣੀ ਆ, ਬਾਲਣ ਨਹੀਂ ਪੂਰਾ ਹੁੰਦਾ, ਇੱਕ ਉਹ ਟਾਈਮ ਬਚੇਗਾ। ਦੂਸਰੇ ਨੰਬਰ ਦੇ ਉੱਤੇ ਇਹ ਸਹੂਲਤ ਹੈ ਕਿ ਘਰ ਦੇ ਵਿੱਚ ਤੁਸੀਂ ਇਹ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਟਾਈਮ ਲੱਗਾ ਜੀ, ਅਸੀਂ ਇਹ ਪੂਰੀ ਵੀਡੀਓ ਬਣਾਈ ਸਮਝੋ। ਅਸੀਂ ਤਾਂ ਬਣਾਈ ਲੰਮੀ ਵੀਡੀਓ ਇਸ ਵਾਸਤੇ ਕੀਤੀ ਹੈ ਕਿ ਤੁਹਾਨੂੰ ਕਿਸੇ ਗੱਲ ਦੀ ਐਸਾ ਨਾ ਇੱਕ ਸਮਝ ਆਉਣ ਰਹਿ ਜੇ, ਤੁਹਾਨੂੰ ਹਰ ਗੱਲ ਸਮਝਾਉਣ ਵਾਸਤੇ ਇਹ ਵੀਡੀਓ ਅਸੀਂ ਲੰਮੀ ਕੀਤੀ ਆ। ਔਰ ਇਹ ਵੀਡੀਓ ਲੰਮੀ ਵੇਖਣ ਦਾ ਤੁਹਾਨੂੰ ਫਾਇਦਾ ਹੋ ਜੇ ਤਾਂ ਕੋਈ ਗੱਲ ਨਹੀਂ, ਲੰਮੀ ਹੈ ਤਾਂ ਕੋਈ ਨਹੀਂ, ਵੇਖੋ ਆਪਣੇ ਦੋਸਤਾਂ ਨੂੰ ਵੀ ਸ਼ੇਅਰ ਕਰੋ, ਕਿਉਂਕਿ ਤੁਹਾਨੂੰ ਸਮਝ ਪੂਰੀ ਆਉਣੀ ਚਾਹੀਦੀ ਆ। ਤੁਸੀਂ ਆਪਣੇ ਘਰ ਦੇ ਵਿੱਚ ਆਸਾਨੀ ਨਾਲ ਬਣਾ ਲਓ। ਅਗਰ ਸਾਡੀ ਵੀਡੀਓ ਪਸੰਦ ਆਈ ਹੈ ਨਾ ਤਾਂ ਇਹ ਗੱਲ ਅਸੀਂ
हर वीडियो च आखने कि साड़ी वीडियो पसंद आई है तो साढ़े चैनल नू हुणे हुणे सबसक्राइब कर लो, क्योंकि फिर चेता भुल जाता जो बंद चंगी लगी है वीडियो फिर दोबारा वेखना चाहे या साड़ी कोई होर अच्छी वीडियो वेखना चाहे चंगे तो चंगे प्रोग्राम भरावान वास्ते बनाने तो वो वेखना चाहो तुम तो फिर आसानी ना वेख सकते हो। हुणे हुणे सबसक्राइब कर लो, लाल बैल आइकन का बटन है तो उन्होंने भी क्लिक कर लो ताकि साड़ी हर आने वाली वीडियो का तुम्हें सुनेहा मिल जाएगा, नोटिफिकेशन मिल जाएगा और तुम फिर आसानी के नाल वेखना चाहो तो वेख सकते हो। चूल्हा बड़ा तेजी हवा पैनी चाहिए। यह देखो जी एदा सेक सूई गैस नालों डबल होंगे इस चूल्हे का, यदि अग घट भी बालोगे तो सूई गैस नालों बहुत तेज होएगा। इधर लिया कैमरा बहा भी यह देख किस तरह अग निकलती भी है, बहुत ज्यादा अग है तो बहुत ज्यादा यदा सेक है। हूँ इतने वहा पैंती भी है, उधर चौंकी रखो ना यदि यदा सेक बड़ा होंगे जी। ये हूँ बनती है चाह तो चाह भी अं पीने और तुम वेखो कि वह देखो पेट्रोल भी तुम वेखे कि कोई एडा यदा खर्चा नहीं जे, कोई ये महंगा काम नहीं जे, ये अपने घर करो सिलेंडर है उन्होंने भरा गोली मारो कितने चुकी जाओ सिलेंडर भरा के लिया सू कि माझे नाजे नह वो खैरा अखी नहीं लगता नथू नह पत्तू नह ए सारे काम गए मुक्क। पेट्रोल है ये हर महल के मिलता पाया, हर जगह तो मिलता पाया, तुम पेट्रोल बोतल लीटर की डेढ़ लीटर की फड़ लिया वो थोड़े जो पांच सत्त दस दिन सुकून न कटो तीन तो वह ठीक है। अगर तुम एको बारी पेट्रोल ज़्यादा यूज करना चाहो तो फिर तुम बोतल व्डिया ले लोगे उस हिसाब से जो ना एडिया डब्बे ने यह व्डे ले लोगे उस हिसाब से थोड़ा काम अच्छा रहेगा। बिस्मिल्लाहिर्रहमानिर्रहीम, पानी गर्म हो गया साढ़ा, पानी सही पाला आ गया, पानी में अं पा लवेंगे चाह वास्ते दुध। बिस्मिल्लाहिर्रहमानिर्रहीम, अच्छा प्यारे दोस्तों चाह साड़ी हो गई है तैयार, शाम की जान होने लग पी तो वजह तो करके तो अं रोक गए हाँ कि असी गल सुना तो फिर जाना टाइम बोलना नहीं चंगा। तो प्यारे दोस्तों यह तुम वेख सकते हो चाह साड़ी हो गई है तैयार, ये हूँ तुम अपने करनी है घर तैयार तो पीनी है ठीक है। यह गैस बनानी है तुम दोस्तों तो वीडियो ज़्यादा तो ज़्यादा शेयर करनी है दोस्तों फैमिली मैंबर क्योंकि सब का फायदा हो जाए और ये ढेर सस्ती पैंती जे मैं कहना बालन नालों भी गैस तो दूर की गल है बालन नालों भी सस्ती पैंती जे सिलेंडर छोटे छोटे भरा तो यह काम शुरू कर लो चुप करके क्यों जी कामयाब है ना काम। हाँ जी पहले सारे ध्यान मैं इस तरह बना के दसा ध्यान यह हूँ जो बनाया देखा इन्होंने पहले भी देखा ना पहले बना के इन्होंने दसिया फिर मैं हूँ अपने दोस्तों को दसीए क्योंकि सारी दुनिया में फायदा हो जाए जिन्हें लोगों को तुर जे जिन्हें लोगों को पता लग जाए तो उन्ना अच्छा है। और यह देख रहे हो हाँ जी थोड़ी खोली दी है मशीन अभी छोटी लिया जिनी ज़्यादा खोल लवो गैस में तो उन्ना ही ठीक रहेगी। तो दोस्तों हूँ यह तुम अं दस उधर आप कम वह वेखो जी यह वेख लवो तुम कि यह चीज़ जे ए सिस्टम जे यह वेख लो तुम ए सिस्टम जे ए पैप हवा आ रहा है यह हवा दे रही है मशीन ये पेट्रोल देखो ठीक है। और यह गैस बना के तो इस पैप पर कलदी पई है इस पास फिर इतों यह जरा ना हवा बन के गैस बन के तो जा रही है जरा पैप चुले का यह चुले का पैप है यह चिट्टे रंग का वेख लो ए पुराना पैप ला ठीक है यह चिट्टा पैप है जरा चुले का और यह तुम वेख लो फिर चाह बनती वेख लो ये कोई धोखा तो नहीं फरेब नहीं अपने प्यारे दोस्तों चंगी गल दसी है फायदा चुक लो। प्यारे दोस्तों ये साड़ी अज की वीडियो चाह साड़ी बन गई है असी पीने चाह इनू करने बंद प्यारे दोस्तों यह बंद हो गया यह बंद हो गया हूँ ये साड़ी अज की वीडियो मैं उम्मीद है कि मेरे प्यारे दोस्तों पसंद आई होगी साढ़े चैनल में सबसक्राइब कर लो नाल बैल आइकन का बटन है उन्होंने भी क्लिक कर लो फिर अच्छी अच्छी वीडियो तुम आसानी के नाल देख सकते हो। तो मेरे प्यारे दोस्तों अल्लाह तुहाडी खैर करे अल्लाह पाक तुहानू सदा खुश रखे अपनी रहमत दे साए च रखे ऐसी साड़ी अज दी वीडियो ते अगली वीडियो तक सानू दिओ इजाजत अल्लाह हाफिज़।